ਸਾਰੇ ਦੇ ਸ਼ੁਭ ਅਵਸਰ 'ਤੇ ਮੈਂ ਪੂਰੇ ਸੰਦੂਰਗੜ੍ਹ ਨਿਵਾਸੀਆਂ ਨੂੰ ਸੰਦੇਸ਼ ਸ਼ੁਭਕਾਮਨਾਵਾਂ ਦੇਣਾ ਚਾਹੁੰਦਾ ਅਤੇ ਇਸ ਦੇ ਨਾਲ ਹੀ ਮੈਂ ਬੇਨਤੀ ਵੀ ਕਰਦਾ ਕਿ ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਤਹਿਤ ਅਤੇ ਮਾਨਯੋਗ ਡੀਸੀ ਸਾਹਿਬਾਂ ਵੱਲੋਂ ਚਲਾਈ ਗਈ ਗ੍ਰੀਨ ਦੀਵਾਲੀ ਮੁਹਿੰਮ ਦੇ ਤਹਿਤ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਮਤਲਬ ਪਟਾਕਿਆਂ ਦੀ ਵਰਤੋਂ ਘੱਟ ਤੋਂ ਘੱਟ ਕੀਤੀ ਜਾਵੇ ਜਾਂ ਨਾ ਕੀਤੀ ਜਾਵੇ, ਅਤੇ ਉਸ ਤੋਂ ਬਾਅਦ ਪਟਾਕੇ ਵਗੈਰਾ ਚਲਾਉਣ ਲਈ ਵੀ ਬਹੁਤ ਪ੍ਰੀਕਾਸ਼ਨ ਵਰਤੀ ਜਾਵੇ, ਜਿੱਥੇ ਜਿਵੇਂ ਕਿ ਭੀੜ ਭੜੱਕੇ ਵਾਲੀਆਂ ਥਾਵਾਂ 'ਤੇ ਸਰਕਾਰ ਵੱਲੋਂ ਵੀ ਕੰਪਲੀਟ ਬੈਨ ਲਾਇਆ ਗਿਆ ਕਿ ਪਟਾਕੇ ਪ੍ਰੋਪਰ ਥਾਵਾਂ 'ਤੇ ਹੀ ਵਿਕਣਗੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਪੂਰਾ ਧਿਆਨ ਰੱਖਣਾ ਹੈਗਾ ਕਿਸੇ ਨਾਲ ਕੋਈ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਾ ਹੋਵੇ। ਪੇਂਡੂ ਲਾਈਵ ਚੈਨਲ ਦੇਖਣ ਵਾਲੇ ਦਰਸ਼ਕਾਂ ਨੂੰ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ, ਸਾਡੇ ਵੱਲੋਂ ਸਰੂਗੜ੍ਹ ਪੁਲਿਸ ਵੱਲੋਂ ਸ਼ੁਭ ਇੱਛਾਵਾਂ, ਅਤੇ ਅਸੀਂ ਆਸ ਕਰਦੇ ਹਾਂ ਕਿ ਜੋ ਐਤਕੀ ਦਿਵਾਲੀ ਹੈ ਉਹ ਪ੍ਰਦੂਸ਼ਣ ਰਹਿਤ ਪਟਾਕਾ ਮੁਕਤ ਮਨਾਈ ਜਾਵੇ, ਅਤੇ ਜੋ ਪਟਾਕੇ ਚਲਾਏ ਵੀ ਜਾਣ ਉਹ ਵੀ ਮਾਣਯੋਗ ਸੁਪਰੀਮ ਕੋਰਟ ਦੀਆਂ ਜੋ ਹਦਾਇਤਾਂ ਜਿਵੇਂ 8 ਤੋਂ 10 ਤੱਕ ਚਲਾਏ ਜਾਣ ਅਤੇ ਉਹਨਾਂ ਦੀਆਂ ਪਾਲਣਾ ਕੀਤੀ ਜਾਵੇ, ਅਤੇ ਸਾਰੇ ਇਲਾਕਾ ਵਾਸੀਆਂ ਨੂੰ ਅਮਨ ਅਤੇ ਸ਼ਾਂਤੀ ਨਾਲ ਦਿਵਾਲੀ ਮਨਾਈ ਜਾਵੇ। ਇਹ ਸਾਡੇ ਵੱਲੋਂ ਸ਼ੁਭ ਇੱਛਾਵਾਂ ਸਰੂਗੜ੍ਹ ਪੁਲਿਸ ਵੱਲੋਂ। ਪੇਂਡੂ ਲਾਈਵ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ। ਪੰਜਾਬ ਪੁਲਿਸ ਅਤੇ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਊਗੀ, ਅਤੇ ਸਭੀ ਆਪਣੇ ਆਪਣੇ ਘਰਾਂ ਦੇ ਵਿੱਚ ਦੀਵਾਲੀ ਮਨਾਉਣ ਅਤੇ ਕਾਨੂੰਨ ਦੀ ਪਾਲਣਾ ਕਰਨ। ਮੈਂ ਸਤਪਾਲ ਵਰਮਾ, ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਮਾਨਸਾ, ਆਪਣੇ ਵੱਲੋਂ ਅਤੇ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਇਲਾਕਾ ਨਿਵਾਸੀਆਂ ਨੂੰ, ਦੇਸ਼ ਵਿਦੇਸ਼ ਵਿੱਚ ਰਹਿੰਦੇ ਜਿੰਨੇ ਵੀ ਮੇਰੇ ਭਰਾ, ਸਾਰਿਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਮੁਬਾਰਕਾਂ, ਅਤੇ ਆਸ ਕਰਦਾ ਪਰਮਾਤਮਾ ਸਭ ਦੇ ਮਤਲਬ ਦੀਵਾਲੀ ਪੂਰੀ ਸ਼ਰਧਾ ਪੂਰਵਕ, ਪੂਰੇ ਬੜੇ ਉਤਸ਼ਾਹ ਨਾਲ, ਬੜੇ ਧਾਰਮਿਕ ਪਰੰਪਰਾ ਨਾਲ ਮਨਾਉਣ, ਅਤੇ ਜੋ ਵੀ ਆ ਪਟਾਕੇ ਜਾਂ ਹੋਰ ਹੈ ਵਾਤਾਵਰਨ ਜਿਹੜਾ ਪ੍ਰਦੂਸ਼ਣ ਹੁੰਦਾ ਹੈ, ਉਸ ਤੋਂ ਸਾਰਿਆਂ ਨੂੰ ਮਤਲਬ ਬੇਨਤੀ ਕਰਦਾ ਮਤਲਬ ਵੀ ਘੱਟ ਤੋਂ ਘੱਟ ਮਤਲਬ ਵੀ ਇੱਧਰ ਧਿਆਨ ਦਿੱਤਾ ਜਾਵੇ, ਲੋਕਾਂ ਨੂੰ ਪ੍ਰੇਰੋ ਵੱਧ ਤੋਂ ਵੱਧ ਰੁੱਖ ਲਵਾਉਣ ਵਾਸਤੇ, ਮਤਲਬ ਵੀ ਪ੍ਰੇਰਨਾ ਦੇ ਕੇ ਮਤਲਬ ਵੀ ਅੱਜ ਹੀ ਸੰਕਲਪ ਕਰੋ ਵੀ ਵੱਧ ਤੋਂ ਵੱਧ ਰੁੱਖ ਲਗਾਏ ਜਾਣ, ਤਾਂ ਕਿ ਵਾਤਾਵਰਨ ਜਿਹੜਾ ਸਾਫ਼ ਹੋਊਗਾ ਫਿਰ ਹੀ ਅਗਲੀ ਪੀੜ੍ਹੀ ਬਚ ਸਕਦੀ ਹੈ। ਇਹ ਅੱਜ ਦੀਆਂ ਦੁਬਾਰਾ ਫਿਰ ਸਾਰੀ ਮਤਲਬ ਕਾਂਗਰਸ ਪਾਰਟੀ ਵੱਲੋਂ ਸਾਰੇ ਇਲਾਕਾ ਨਿਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਵਧਾਈ ਦਿੰਦਾ, ਅਤੇ ਆਸ ਕਰਦਾ ਪਰਮਾਤਮਾ ਸਭ 'ਤੇ ਬਹੁਤ ਖੁਸ਼ੀਆਂ ਭਰੀ ਦੀਵਾਲੀ, ਵਧੀਆ ਜਿਵੇਂ ਇਹਦੇ ਇਹ ਤਿਉਹਾਰ ਮਨਾ ਕੇ ਆਪਾਂ ਦੀਵਾਲੀ ਮਨਾਈਏ। ਧੰਨਵਾਦ। ਮੈਂ ਧਰਮਿੰਦਰ ਕੁਮਾਰ ਜੈਨ, ਪੇਂਡੂ ਲਾਈਵ 'ਤੇ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅਤੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਮੈਂ ਜੈਨ ਸਮਾਜ ਵੱਲੋਂ ਸਾਰਿਆਂ ਪ੍ਰਤੀ ਸ਼ੁਭਕਾਮਨਾ ਪ੍ਰਗਟ ਕਰਦਾ ਹਾਂ ਕਿ ਸਭ ਦੇ ਫਸਲ ਵਧੀਆ ਹੋਵੇ, ਸਾਰਿਆਂ ਦੇ ਘਰ ਵਿੱਚ ਖੁਸ਼ਹਾਲੀ ਹੋਵੇ, ਅਤੇ ਸਭ ਨੂੰ ਅਪੀਲ ਕਰਦਾ ਕਿ ਇਸ ਵਾਰ ਸਾਰੇ ਪ੍ਰਦੂਸ਼ਣ ਰਹਿਤ ਪਟਾਕਾ ਮੁਕਤ ਦੀਵਾਲੀ ਮਨਾਓ। ਮੈਂ ਪ੍ਰੇਮ ਕੁਮਾਰ ਗਰਗ, ਪ੍ਰਧਾਨ ਸ਼ੈਲਰ ਐਸੋਸੀਏਸ਼ਨ ਸਰਦੂਲਗੜ੍ਹ, ਮੇਰੇ ਪੰਜਾਬੀ ਵੀਰਾਂ ਨੂੰ ਅਤੇ ਪੇਂਡੂ ਲਾਈਵ ਦੇਖ ਰਹੇ ਮੇਰੇ ਵੀਰਾਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹਾਂ ਅਤੇ ਸ਼ੁਭਕਾਮਨਾਵਾਂ ਕਰਦਾ ਹਾਂ ਕਿ ਜੋ ਇਹ ਦੀਵਾਲੀ ਹੈ ਇਹ ਗ੍ਰੀਨ ਦੀਵਾਲੀ ਬਣਾਈ ਜਾਵੇ, ਪ੍ਰਦੂਸ਼ਣ ਰਹਿਤ ਦੀਵਾਲੀ ਬਣਾਈ ਜਾਵੇ। ਮੈਂ ਫਿਰ ਮੇਰੇ ਵੀਰਾਂ ਨੂੰ, ਇਲਾਕਾ ਨਿਵਾਸੀਆਂ ਨੂੰ, ਪੰਜਾਬ ਦੇ ਮੇਰੇ ਵੀਰਾਂ ਨੂੰ ਇਹ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਮੈਂ ਲੈਨਨ ਗਰਗ, BDPO ਸਰਦੂਲਗੜ੍ਹ, ਬਲਾਕ ਸਰਦੂਲਗੜ੍ਹ ਦੇ ਵਾਸੀਆਂ ਨੂੰ ਇਸ ਦੀਵਾਲੀ ਉੱਪਰ ਲੱਖ ਲੱਖ ਵਧਾਈ ਦਿੰਦਾ ਹਾਂ, ਅਤੇ ਅਪੀਲ ਵੀ ਕਰਦਾ ਹਾਂ ਕਿ ਪੰਜਾਬ ਦੇ ਵਿੱਚ ਪ੍ਰਦੂਸ਼ਣ ਨੂੰ ਰੋਕਣ ਲਈ ਘੱਟ ਤੋਂ ਘੱਟ ਪਟਾਕਿਆਂ ਦੀ ਵਰਤੋਂ ਕੀਤੀ ਜਾਵੇ, ਅਤੇ ਇਹ ਵੀ ਬੇਨਤੀ ਕਰਦਾ ਕਿ ਜੋ ਆਪਾਂ ਅੱਜ ਪਰਾਲੀ ਨੂੰ ਅੱਗ ਲਾ ਰਹੇ ਹਾਂ ਇਸ ਪਰਾਲੀ ਨੂੰ ਅੱਗ ਲਾਉਣ ਤੋਂ ਪਰਹੇਜ਼ ਕੀਤਾ ਜਾਵੇ, ਤਾਂ ਜੋ ਆਪਾਂ ਇੱਕ ਤੰਦਰੁਸਤ ਪੰਜਾਬ ਦੀ ਸਥਾਪਨਾ ਕਰ ਸਕੀਏ।